ਵੈਲਕਮ ਸਟੂਡੈਂਟਸ, ਸਾਡਾ ਅੱਜ ਦਾ ਟੋਪਿਕ ਟੀਚਿੰਗ ਲਰਨਿੰਗ ਪ੍ਰੋਸੈਸ ਪੇਪਰ ਦਾ ਟੋਪਿਕ ਹੈ ਡਿਸਕਵਰੀ ਬੇਸਡ ਲਰਨਿੰਗ। ਇਸ ਵੀਡੀਓ ਦੇ ਵਿੱਚ ਅਸੀਂ ਪੂਰੇ ਦਾ ਪੂਰਾ ਜਿਹੜਾ ਟੋਪਿਕ ਹੈ ਕਲੀਅਰ ਕਰਾਂਗੇ, ਤਾਂ ਇਹ ਵੀਡੀਓ ਲੰਬੀ ਹੋ ਸਕਦੀ ਹੈ। ਪੰਜਾਬੀ ਮੀਡੀਅਮ ਅਤੇ ਇੰਗਲਿਸ਼ ਮੀਡੀਅਮ ਦੋਨਾਂ ਦੇ ਲਈ ਇਹ ਵੀਡੀਓ ਬਣਾਈ ਹੈ ਮੈਂ, ਇਸ ਲਈ ਸਾਰੀ ਵੀਡੀਓ ਦੇਖਣੀ ਹੈ ਤੁਸੀਂ, ਤਾਂ ਹੀ ਤੁਹਾਡਾ ਟੋਪਿਕ ਹੈ ਜਿਹੜਾ ਇੱਕ ਵੀਡੀਓ ਦੇ ਵਿੱਚ, ਇੱਕ ਲੈਕਚਰ ਦੇ ਵਿੱਚ ਹੀ ਸਾਰਾ ਟੋਪਿਕ ਕਲੀਅਰ ਹੋ ਜਾਊਗਾ। ਸਭ ਤੋਂ ਪਹਿਲਾਂ ਅਸੀਂ ਇਸ ਦਾ ਕਨਸੈਪਟ ਦੇਖਾਂਗੇ, ਜਾਣਾਂਗੇ ਕਿ ਡਿਸਕਵਰੀ ਬੇਸਡ ਲਰਨਿੰਗ ਹੁੰਦੀ ਕੀ ਹੈ। ਦਿਸ ਇਜ਼ ਐਨ ਐਜੂਕੇਸ਼ਨਲ ਅਪਰੋਚ, ਡਿਸਕਵਰੀ ਬੇਸਡ ਲਰਨਿੰਗ ਇਜ਼ ਐਨ ਐਜੂਕੇਸ਼ਨਲ ਅਪਰੋਚ ਦੈਟ ਪਲੇਸਿਸ ਅ ਸਟਰੋਂਗ ਐਮਫੇਸਿਸ ਔਨ ਐਕਟਿਵ ਸਟੂਡੈਂਟ ਇੰਗੇਜਮੈਂਟ ਐਕਸਪਲੋਰੇਸ਼ਨ ਐਂਡ ਇਨਕੁਆਇਰੀ। ਇਸ ਤਰ੍ਹਾਂ ਦੀ ਵਿੱਦਿਅਕ ਪਹੁੰਚ ਜੋ ਸਰਗਰਮ ਵਿਦਿਆਰਥੀ ਸ਼ਮੂਲੀਅਤ, ਇੰਗੇਜਮੈਂਟ ਮੀਨਸ ਸ਼ਮੂਲੀਅਤ, ਰੁਝੇਵਾਂ ਖੋਜ, ਐਕਸਪਲੋਰੇਸ਼ਨ ਖੋਜ ਅਤੇ ਇਨਕੁਆਇਰੀ ਪੁੱਛਗਿੱਛ, ਇਸ 'ਤੇ ਜ਼ੋਰ ਦਿੰਦੀ ਆ। ਇੰਸਟਡ ਆਫ ਰਿਲੇਇੰਗ ਸੋਲੀ ਓਨ ਟ੍ਰੈਡੀਸ਼ਨਲ ਮੈਥਡਸ ਆਫ ਡਾਇਰੈਕਟ ਇੰਸਟਰਕਸ਼ਨਸ, ਦਿਸ ਅਪਰੋਚ ਐਨਕਰੇਜਿਸ ਸਟੂਡੈਂਟਸ ਟੂ ਡਿਸਕਵਰ ਐਂਡ ਕੰਸਟਰਕਟ ਨੌਲੇਜ ਥਰੂ ਫਸਟ ਹੈਂਡ ਐਕਸਪੀਰੀਅੰਸ ਐਂਡ ਪ੍ਰੋਬਲਮ ਸੋਲਵਿੰਗ ਐਕਟੀਵਿਟੀਜ਼। ਸਿੱਧੀਆਂ ਹਦਾਇਤਾਂ ਅਤੇ ਰਵਾਇਤੀ ਤਰੀਕੇ, ਪੁਰਾਣੇ ਤਰੀਕਿਆਂ 'ਤੇ ਇੰਟਰਸਟ ਜਾਂ ਭਰੋਸਾ ਕਰਨ ਦੀ ਬਜਾਏ, ਇਹ ਪਹੁੰਚ ਹੈ ਜਿਹੜੀ ਵਿਦਿਆਰਥੀਆਂ ਨੂੰ ਆਪਣੇ ਅਨੁਭਵਾਂ ਅਤੇ ਸਮੱਸਿਆ ਹੱਲ ਕਰਨ ਦੀਆਂ ਗਤੀਵਿਧੀਆਂ ਰਾਹੀਂ ਗਿਆਨ ਨੂੰ ਖੋਜਣ ਅਤੇ ਉਤਸਾਰਨ ਲਈ ਉਤਸ਼ਾਹਿਤ ਕਰਦੀ ਹੈ। ਦੀ ਕੰਸੈਪਟ ਇਜ਼ ਰੂਟਡ ਇਨ ਕੰਸਟਰਕਟਿਵਿਸਟ ਥਿਊਰੀ, ਥਿਊਰੀਜ਼ ਆਫ ਲਰਨਿੰਗ ਵਿਚ ਅਸਰਟ ਦੈਟ ਲਰਨਰਸ ਐਕਟਿਵਲੀ ਬਿਲਡ ਦੇਅਰ ਅੰਡਰਸਟੈਂਡਿੰਗ ਆਫ ਦਾ ਵਰਲਡ ਬਾਏ ਇੰਟਰੈਕਟਿੰਗ ਵਿਦ ਦੇਅਰ ਇਨਵਾਇਰਮੈਂਟ। ਇਸ ਸੰਕਲਪ ਦੀ ਜੜ੍ਹ ਆ ਜਿਹੜੀ ਸਿੱਖਣ ਦੇ ਰਚਨਾਤਮਕ ਸਿਧਾਂਤਾਂ ਵਿੱਚ ਆ, ਜੋ ਦਾਅਵਾ ਕਰਦੇ ਨੇ ਕਿ ਸਿੱਖਿਆਰਥੀ ਆਪਣੇ ਵਾਤਾਵਰਣ ਨਾਲ ਗੱਲਬਾਤ ਕਰਕੇ ਸੰਸਾਰ ਦੀ ਆਪਣੀ ਸਮਝ ਨੂੰ ਸਰਗਰਮੀ ਨਾਲ ਬਣਾਉਂਦੇ ਹਨ। ਤਾਂ ਇਹ ਹੈਗੀ ਹੈ ਡਿਸਕਵਰੀ ਬੇਸਡ ਲਰਨਿੰਗ। ਇਹਦੇ ਕੁਝ ਕੀ ਕੰਪੋਨੈਂਟਸ ਨੇ, ਇਹਦੇ ਵਿੱਚ ਹੁੰਦਾ ਕੀ ਆ, ਐਕਟਿਵ ਐਕਸਪਲੋਰੇਸ਼ਨ ਹੁੰਦੀ ਆ, ਜਿਹੜੀ ਖੋਜ ਆਧਾਰਿਤ ਸਿਖਲਾਈ ਹੈ ਇਹਦੇ ਵਿੱਚ ਸਰਗਰਮ ਖੋਜ ਹੁੰਦੀ ਆ। ਇਨ ਡਿਸਕਵਰੀ ਬੇਸਡ ਲਰਨਿੰਗ ਸਟੂਡੈਂਟਸ ਐਕਟਿਵਲੀ ਐਕਸਪਲੋਰ ਕੰਸੈਪਟਸ, ਪ੍ਰਿੰਸੀਪਲਸ ਐਂਡ ਪ੍ਰੋਬਲਮ ਸਿਨੈਰੀਓਜ਼। ਦਿਸ ਇੰਗੇਜਮੈਂਟ ਇਜ਼ ਕਰੂਸ਼ੀਅਲ ਫਾਰ ਫਸਟਰਿੰਗ ਐਂਡ ਡੀਪਰ ਅੰਡਰਸਟੈਂਡਿੰਗ ਆਫ ਦਾ ਸਬਜੈਕਟ ਮੈਟਰ। ਖੋਜ ਆਧਾਰਿਤ ਸਿਖਲਾਈ ਵਿੱਚ ਵਿਦਿਆਰਥੀ ਸੰਕਲਪਾਂ, ਸਿਧਾਂਤਾਂ ਅਤੇ ਸਮੱਸਿਆ ਦੇ ਦ੍ਰਿਸ਼ਾਂ ਦੀ ਸਰਗਰਮੀ ਨਾਲ ਪੜਚੋਲ ਕਰਦੇ ਨੇ। ਵਿਸ਼ੇ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕਰਨ ਲਈ ਇਹ ਸ਼ਮੂਲੀਅਤ ਮਹੱਤਵਪੂਰਨ ਆ। ਮੀਨਸ ਇਸ ਤਰ੍ਹਾਂ ਦੀ ਲਰਨਿੰਗ ਆ ਇਹ, ਜਿਹਦੇ ਅੰਦਰ ਵਿਦਿਆਰਥੀ ਨਵੇਂ ਨਵੇਂ ਸੰਕਲਪ, ਸਿਧਾਂਤ ਅਤੇ ਸਮੱਸਿਆਵਾਂ ਨੂੰ ਆਪਣੇ ਢੰਗ ਨਾਲ ਦੇਖਦੇ ਨੇ ਅਤੇ ਆਪਣੇ ਢੰਗ ਨਾਲ ਜਿਹੜਾ ਇਹ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ। ਅੱਗੇ ਹੈਗਾ ਇਨਕੁਆਇਰੀ ਐਂਡ ਕੁਐਸਚਨਿੰਗ, ਇਹਦੇ ਅਗਰਾ ਕੀ ਪੁਆਇੰਟ ਆ ਜਿਹੜਾ ਇਹਦੇ ਵਿੱਚ ਹੋਰ ਕੀ ਹੁੰਦਾ। ਦੀ ਅਪਰੋਚ ਐਨਕਰੇਜਿਸ ਸਟੂਡੈਂਟਸ ਟੂ ਆਸਕ ਕੁਐਸਚਨਸ, ਫਾਰਮੂਲੇਟ ਹਾਈਪੋਥੀਸਿਸ ਐਂਡ ਸੀਕ ਆਨਸਰਸ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੀ ਇਹ ਪਹੁੰਚ ਕਿ ਉਹ ਆਪਣੇ ਕੁਐਸਚਨ ਜਿਹੜੇ ਨੇ ਉਹ ਪੁੱਛਣ, ਸਵਾਲ ਨੇ ਜਿਹੜੇ ਉਹ ਪ੍ਰਸ਼ਨ ਪੁੱਛਣ,
ਉਹਨਾਂ ਦੇ ਆਧਾਰ ਤੇ ਜਿਹੜੀਆਂ ਪਰਿਕਲਪਨਾਵਾਂ ਨੇ, ਮੀਨਸ ਕਾਫੀ ਸਾਰੇ ਆਨਸਰ ਹਾਈਪੋਥੀਸਿਸ ਹੁੰਦੀਆਂ ਨੇ, ਕਾਫੀ ਸਾਰੇ ਆਨਸਰ ਖੋਜਣੇ ਇੱਕ ਕੁਐਸਚਨ ਦੇ, ਤੇ ਉਹਨਾਂ ਦੇ ਵਿੱਚੋਂ ਇੱਕ ਸਹੀ ਉੱਤਰ ਲੱਭਣਾ। ਇਨਕੁਆਇਰੀ ਬੇਸਡ ਲਰਨਿੰਗ ਇਨਵੋਲਵਸ ਪੋਜ਼ਿੰਗ ਪ੍ਰੋਬਲਮਸ ਔਰ ਸਿਨੈਰੀਓਸ ਦੈਟ ਪ੍ਰੋਮਪਟ ਸਟੂਡੈਂਟ ਟੂ ਇਨਵੈਸਟੀਗੇਟ ਐਂਡ ਫਾਈਂਡ ਸਲਿਊਸ਼ਨਸ। ਤਾਂ ਇਸ ਤਰ੍ਹਾਂ ਦੇ ਪੁੱਛਗਿੱਛ ਅਧਾਰਿਤ ਸਿਖਲਾਈ ਹੁੰਦੀ ਹੈ ਜਿਹੜੀ, ਇਹ ਇਸ ਦੇ ਵਿੱਚ ਕੀ ਕੁਛ ਇਨਵੋਲਵ ਹੁੰਦਾ ਹੈ, ਸਮੱਸਿਆਵਾਂ ਜਾਂ ਦ੍ਰਿਸ਼ ਪੇਸ਼ ਕਰਨਾ ਜਿਹੜਾ ਵਿਦਿਆਰਥੀਆਂ ਨੂੰ ਪੜਤਾਲ ਕਰਨ ਦੇ ਹੱਲ ਲੱਭਣ ਲਈ ਪ੍ਰੇਰਿਤ ਕਰਦਾ ਹੈ। ਹੈਂਡਸ ਔਨ ਐਕਟੀਵਿਟੀ ਹੁੰਦੀਆਂ ਨੇ ਇਹਦੇ ਵਿੱਚ, ਲਰਨਿੰਗ ਇਜ਼ ਆਫਨ ਫੈਸਿਲਿਟੇਟਡ ਥਰੂ ਹੈਂਡਸ ਔਨ ਐਕਟੀਵਿਟੀ, ਐਕਸਪੈਰੀਮੈਂਟਸ, ਸਿਮੂਲੇਸ਼ਨਸ ਐਂਡ ਪ੍ਰੋਜੈਕਟਸ। ਦੀਜ਼ ਐਕਟੀਵਿਟੀਜ਼ ਪ੍ਰੋਵਾਈਡ ਟੈਂਗੀਬਲ ਐਕਸਪੀਰੀਅੰਸਿਸ ਟੂ ਦੈਟ ਕੰਟਰੀਬਿਊਟ ਟੂ ਦਾ ਲਰਨਿੰਗ ਪ੍ਰੋਸੈਸ। ਇੱਥੇ ਹੈਂਡ ਔਨ ਗਤੀਵਿਧੀਆਂ, ਪ੍ਰਯੋਗ, ਸਿਮੂਲੇਸ਼ਨਾਂ ਅਤੇ ਪ੍ਰੋਜੈਕਟਾਂ ਦੁਆਰਾ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਜਿਹੜੀਆਂ ਇਹ ਐਕਟੀਵਿਟੀਜ਼ ਹੁੰਦੀਆਂ ਨੇ ਇਹ ਠੋਸ ਅਨੁਭਵ ਪ੍ਰਦਾਨ ਕਰਦੀਆਂ ਨੇ ਜਿਹੜੀਆਂ ਕਿ ਸਿੱਖਣ ਪ੍ਰਕਿਰਿਆ ਦੇ ਵਿੱਚ ਯੋਗਦਾਨ ਦਿੰਦੀਆਂ ਨੇ। ਫਿਰ ਹੈ ਪ੍ਰੋਬਲਮ ਸੋਲਵਿੰਗ, ਸਟੂਡੈਂਟਸ ਆਰ ਪ੍ਰੈਜੈਂਟਡ ਵਿਦ ਚੈਲੇਂਜਿਸ ਐਂਡ ਪ੍ਰੋਬਲਮਸ ਦੈਟ ਰਿਕੁਆਇਰ ਕ੍ਰਿਟੀਕਲ ਥਿੰਕਿੰਗ ਐਂਡ ਪ੍ਰੋਬਲਮ ਸੋਲਵਿੰਗ ਸਕਿੱਲਸ। ਦਿਸ ਹੈਲਪਸ ਦੈਮ ਡਿਵੈਲਪ ਦ ਐਬਿਲਿਟੀ ਟੂ ਅਪਲਾਈ ਨੌਲੇਜ ਇਨ ਪ੍ਰੈਕਟੀਕਲ ਸਿਚੁਏਸ਼ਨਸ। ਸਮੱਸਿਆ ਹੱਲ ਕਰਨਾ ਸਿਖਾਉਂਦੀ ਹੈ ਇਹ ਵਿਦਿਆਰਥੀਆਂ ਨੂੰ। ਚੁਣੌਤੀਆਂ ਅਤੇ ਸਮੱਸਿਆਵਾਂ ਪੇਸ਼ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ, ਜਿਨ੍ਹਾਂ ਲਈ ਗੰਭੀਰ ਸੋਚ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਦੀ ਲੋੜ ਹੁੰਦੀ ਹੈ। ਇਹ ਉਹਨਾਂ ਵਿਵਹਾਰਿਕ ਸਥਿਤੀਆਂ ਵਿੱਚ ਗਿਆਨ ਨੂੰ ਲਾਗੂ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਵਿਦਿਆਰਥੀਆਂ ਦੇ ਵਿੱਚ ਲੋੜੀਂਦੀਆਂ ਸਕਿੱਲਸ ਨੇ ਜਿਹੜੀਆਂ ਸਮੱਸਿਆ ਹੱਲ ਕਰਨ ਦੀਆਂ, ਉਹ ਆ ਜਾਂਦੀਆਂ ਨੇ ਇਹਦੇ ਨਾਲ। ਆਟੋਨੋਮੀ ਐਂਡ ਇੰਡੀਪੈਂਡੈਂਸ, ਡਿਸਕਵਰੀ ਬੇਸਡ ਲਰਨਿੰਗ ਪ੍ਰਮੋਟਸ ਸਟੂਡੈਂਟਸ ਆਟੋਨੋਮੀ ਐਂਡ ਇੰਡੀਪੈਂਡੈਂਸ। ਖੁਦਮੁਖਤਿਆਰੀ ਅਤੇ ਸੁਤੰਤਰਤਾ ਨੂੰ ਉਤਸ਼ਾਹਿਤ ਕਰਦੀ ਹੈ ਇਹ। ਲਰਨਰਸ ਟੇਕ ਐਨ ਐਕਟਿਵ ਰੋਲ ਇਨ ਦੇਅਰ ਐਜੂਕੇਸ਼ਨ, ਮੇਕਿੰਗ ਡਿਸੀਜ਼ਨਸ ਅਬਾਊਟ ਵਟ ਐਂਡ ਹਾਊ ਦੇ ਵਿਲ ਲਰਨ। ਸਿੱਖਿਆਰਥੀ ਸਿੱਖਿਆ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨੇ ਅਤੇ ਫੈਸਲਾ ਕਰਦੇ ਨੇ ਉਹਨਾਂ ਨੇ ਕਦੋਂ ਅਤੇ ਕਿਵੇਂ ਸਿੱਖਣਾ ਹੈ। ਫਿਰ ਅੱਗੇ ਇਸ ਦੀ ਇੱਕ ਹੋਰ ਕੀ ਪੁਆਇੰਟ ਆ, ਕੰਸਟਰਕਟਿਵਿਜ਼ਮ ਅਲਾਈਨਡ ਵਿਦ ਕੰਸਟਰਕਟਿਵਿਸਟ ਥਿਊਰੀਜ਼ ਆਫ ਲਰਨਿੰਗ। ਡਿਸਕਵਰੀ ਬੇਸਡ ਲਰਨਿੰਗ ਪੋਜ਼ਿਸਟ ਦੈਟ ਲਰਨਰਸ ਕੰਸਟਰਕਟ ਨੌਲੇਜ ਬਾਈ ਐਕਟਿਵਲੀ ਅੰਗੇਜਿੰਗ ਵਿਦ ਇਨਫੋਰਮੇਸ਼ਨ ਐਂਡ ਐਕਸਪੀਰੀਅੰਸਿਸ, ਇੰਟੀਗ੍ਰੇਟਿੰਗ ਨਿਊ ਇਨਫੋਰਮੇਸ਼ਨ ਵਿਦ ਐਗਜਿਸਟਿੰਗ ਅੰਡਰਸਟੈਂਡਿੰਗ। ਰਚਨਾਤਮਕਤਾ ਕਹਿੰਦੇ ਹਾਂ ਅਸੀਂ ਇਹਨੂੰ ਪੰਜਾਬੀ 'ਚ, ਤਾਂ ਸਿੱਖਣ ਦੇ ਰਚਨਾਤਮਕ ਸਿਧਾਂਤਾਂ ਦੇ ਨਾਲ ਇੱਕ ਸਾਰ ਖੋਜ ਅਧਾਰਿਤ ਸਿੱਖਣ ਸਥਿਤੀਆਂ ਜੋ ਸਿੱਖਣ ਵਾਲੇ ਜਾਣਕਾਰੀ ਅਤੇ ਅਨੁਭਵਾਂ ਨਾਲ ਸਰਗਰਮੀ ਨਾਲ ਜੁੜ ਕੇ ਮੌਜੂਦਾ ਸਮਝ ਨਾਲ ਨਵੀਂ ਜਾਣਕਾਰੀ ਨੂੰ ਜੋੜ ਕੇ ਗਿਆਨ ਦਾ ਨਿਰਮਾਣ ਕਰਦੇ ਨੇ। ਮੀਨਸ ਜੋ ਉਹਨਾਂ ਦੇ ਅੰਦਰ ਹੈਗੀ ਜਾਣਕਾਰੀ ਉਸ ਨੂੰ ਐਕਟਿਵਲੀ ਅੰਗੇਜ ਕਰਦੇ ਨੇ ਨਵੀਂ ਜਾਣਕਾਰੀ ਦੇ ਨਾਲ ਅਤੇ ਨਵਾਂ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਫਿਰ ਰੀਅਲ ਵਰਲਡ ਐਪਲੀਕੇਸ਼ਨ, ਦ ਅਪਰੋਚ ਸੀਕਸ ਟੂ ਕਨੈਕਟ ਥਰੈਟੀਕਲ ਕਨਸੈਪਟਸ ਟੂ ਰੀਅਲ ਵਰਲਡ ਐਪਲੀਕੇਸ਼ਨਸ, ਡੈਮੋਸਟ੍ਰੇਟਿੰਗ ਦ ਰੈਲੇਵੈਂਸ ਐਂਡ ਪ੍ਰੈਕਟੀਕਲਿਟੀ ਆਫ ਦਾ ਨੌਲੇਜ ਬੀਂਗ ਐਕੁਆਇਰਡ।
ਨੈਕਸਟ ਹੈ ਕਲੈਬੋਰੇਟਿਵ ਲਰਨਿੰਗ। ਕਲੈਬੋਰੇਸ਼ਨ ਇਜ਼ ਆਫਨ ਇਨਕਰੇਜ਼ਡ ਫਾਸਟਰਿੰਗ ਕਮਿਊਨੀਕੇਸ਼ਨ ਐਂਡ ਟੀਮ ਵਰਕ ਅਮੰਗ ਸਟੂਡੈਂਟ। ਸਹਿਯੋਗ ਅਕਸਰ ਉਤਸ਼ਾਹਿਤ ਕੀਤਾ ਜਾਂਦਾ ਵਿਦਿਆਰਥੀਆਂ ਵਿਚਕਾਰ ਸੰਚਾਰ ਅਤੇ ਟੀਮ ਵਰਕ ਨੂੰ, ਤਾਂ ਸਹਿਯੋਗੀ ਸਿੱਖਣ ਤਾਂ ਟੀਮ ਵਰਕ ਅਤੇ ਸੰਚਾਰ ਲਈ, ਤੇਜ਼ੀ ਨਾਲ ਸੰਚਾਰ ਲਈ ਅਸੀਂ ਸਹਿਯੋਗੀ ਸਿੱਖਿਆ ਨੂੰ ਅੱਗੇ ਰੱਖਦੇ ਹਾਂ। ਕਲੈਬੋਰੇਟਿਵ ਲਰਨਿੰਗ ਇਨਵਾਇਰਮੈਂਟਸ ਪ੍ਰੋਵਾਈਡ ਓਪਰਚੁਨਿਟੀਜ਼ ਫਾਰ ਸਟੂਡੈਂਟਸ ਟੂ ਸ਼ੇਅਰ ਆਈਡੀਆਜ਼, ਡਿਸਕਸ ਫਾਈਂਡਿੰਗਸ ਐਂਡ ਲਰਨ ਮੋਰ ਫਰੋਮ ਈਚ ਅਦਰ। ਸਹਿਯੋਗੀ ਸਿੱਖਣ ਆ ਜਿਹੜਾ, ਇਹਦੇ ਵਿੱਚ ਵਿਦਿਆਰਥੀਆਂ ਨੂੰ ਵਿਚਾਰ ਵਟਾਂਦਰਾ ਕਰਨ, ਖੋਜਾਂ 'ਤੇ ਚਰਚਾ ਕਰਨ ਅਤੇ ਇੱਕ ਦੂਜੇ ਤੋਂ ਸਿੱਖਣ ਦੇ ਮੌਕੇ ਮਿਲਦੇ ਨੇ। ਅੱਗੇ ਹੈਗਾ ਰਿਫਲੈਕਸ਼ਨ, ਪ੍ਰਤੀਬਿੰਬ। ਰਿਫਲੈਕਸ਼ਨ ਇਜ਼ ਐਨ ਇੰਟੈਗਰਲ ਪਾਰਟ ਆਫ ਡਿਸਕਵਰੀ ਬੇਸਡ ਲਰਨਿੰਗ ਪ੍ਰੋਸੈਸ। ਸਟੂਡੈਂਟਸ ਆਰ ਇਨਕਰੇਜਡ ਟੂ ਰਿਫਲੈਕਟ ਓਨ ਦੇਅਰ ਐਕਸਪੀਰੀਅੰਸ, ਕੰਸੀਡਰ ਦਾ ਇੰਪਲੀਕੇਸ਼ਨਸ ਆਫ ਦੇਅਰ ਡਿਸਕਵਰੀਜ਼ ਐਂਡ ਰਿਫਾਈਨ ਦੇਅਰ ਅੰਡਰਸਟੈਂਡਿੰਗ। ਪ੍ਰਤੀਬਿੰਬ ਖੋਜ ਦਾ ਅਰਥ ਸਿੱਖਣ ਆ ਜਿਹੜਾ, ਇਹ ਇਸ ਪ੍ਰਕਿਰਿਆ ਦਾ ਅਨਿੱਖੜਵਾਂ ਅੰਗ ਆ। ਵਿਦਿਆਰਥੀ ਆਪਣੇ ਤਜਰਬਿਆਂ 'ਤੇ ਵਿਚਾਰ ਕਰਨ, ਉਹਨਾਂ ਦੀਆਂ ਖੋਜਾਂ 'ਤੇ ਪ੍ਰਭਾਵਾਂ 'ਤੇ ਵਿਚਾਰ ਕਰਨ ਅਤੇ ਆਪਣੀ ਸਮਝ ਨੂੰ ਸੁਧਾਰਨ ਲਈ ਉਤਸ਼ਾਹਿਤ ਜਿਹੜਾ ਹੈ ਉਹਨਾਂ ਨੂੰ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਅਸੀਂ ਕਰਾਂਗੇ ਬੈਨੀਫਿਟਸ ਇਸ ਦੇ। ਤਾਂ ਇਹ ਕੀ ਪੁਆਇੰਟਸ ਸੀਗੇ, ਕੰਸੈਪਟ ਸੀਗਾ, ਤਾਂ ਹੁਣ ਇਹਦੇ ਬੈਨੀਫਿਟ ਕੀ ਨੇ। ਪ੍ਰਮੋਟਸ ਕ੍ਰਿਟੀਕਲ ਥਿੰਕਿੰਗ, ਜਿਹੜੀ ਆਲੋਚਨਾਤਮਕ ਸੋਚ ਆ ਉਸ ਨੂੰ ਇਹ ਉਤਸ਼ਾਹਿਤ ਕਰਦਾ ਹੈ। ਵਿਦਿਆਰਥੀ ਆਲੋਚਨਾਤਮਕ ਸੋਚ ਦੇ ਹੁਨਰ ਨੂੰ ਵਿਕਸਿਤ ਕਰਦੇ ਨੇ, ਜਾਣਕਾਰੀ ਦਾ ਵਿਸ਼ਲੇਸ਼ਣ ਕੱਢਦੇ ਨੇ, ਸਿੱਟੇ ਕੱਢਦੇ ਨੇ ਅਤੇ ਸੰਪਰਕ ਬਣਾਉਂਦੇ ਨੇ, ਇਹਦਾ ਇਹ ਫਾਇਦਾ ਹੈ। ਨੈਕਸਟ ਕੀ ਇਹਦਾ ਬੈਨੀਫਿਟ ਆ, ਇਨਕਰੀਜ਼ ਮੋਟੀਵੇਸ਼ਨ, ਪ੍ਰੇਰਣਾ ਵਧਾਉਂਦੀ ਹੈ ਇਹ ਪਹੁੰਚ। ਸਿੱਖਣ ਦੀ ਮਲਕੀਅਤ ਲੈਣ ਦੀ ਇਜਾਜ਼ਤ ਦੇ ਕੇ ਅੰਦਰੂਨੀ ਪ੍ਰੇਰਣਾ ਪੈਦਾ ਕਰਦੀ ਹੈ। ਅੱਗੇ ਹੈ ਐਨਹਾਂਸ ਰਿਟੈਂਸ਼ਨ, ਧਾਰਨਾ ਨੂੰ ਵਧਾਉਂਦੀ ਹੈ। ਸਰਗਰਮ ਖੋਜ ਦੁਆਰਾ ਖੋਜੀ ਗਈ ਜਾਣਕਾਰੀ ਨੂੰ ਅਕਸਰ ਪੇਸ਼ ਕੀਤੀ ਗਈ ਜਾਣਕਾਰੀ ਨਾਲੋਂ ਬਿਹਤਰ ਬਰਕਰਾਰ ਰੱਖਿਆ ਜਾਂਦਾ ਹੈ। ਪ੍ਰੀਪੇਅਰਸ ਫਾਰ ਲਾਈਫ ਲੌਂਗ ਲਰਨਿੰਗ, ਜੀਵਨ ਭਰ ਸਿੱਖਣ ਦੀ ਤਿਆਰੀ। ਫੈਸਿਲਿਟੇਟ ਰੀਅਲ ਵਰਲਡ ਐਪਲੀਕੇਸ਼ਨ, ਅਸਲ ਸੰਸਾਰ ਦੀਆਂ ਧਾਰਨਾਵਾਂ ਨੂੰ ਜਿਹੜੀਆਂ ਨੂੰ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਅਤੇ ਗਿਆਨ ਨੂੰ ਵਧੇਰੇ ਰੈਲੇਵੈਂਟ ਬਣਾਇਆ ਜਾਂਦਾ ਹੈ, ਸਿੱਖਣ ਯੋਗ ਬਣਾਇਆ ਜਾਂਦਾ ਹੈ। ਕਲਟੀਵੇਟ ਕ੍ਰੀਏਟਿਵਿਟੀ, ਸਟੂਡੈਂਟ ਦੇ ਵਿੱਚ ਜਿਹੜੀ ਕ੍ਰੀਏਟਿਵਿਟੀ ਆ, ਸਿਰਜਣਾਤਮਕਤਾ ਹੈ, ਉਹ ਜੋੜੀ ਜਾਂਦੀ ਹੈ, ਭਰੀ ਜਾਂਦੀ ਹੈ, ਉਹਨਾਂ ਦੀ ਸੋਚ ਦੇ ਨਾਲ ਜੋੜੀ ਜਾਂਦੀ ਹੈ ਅਤੇ ਉਹਨਾਂ ਨੂੰ ਉਸੇ ਢੰਗ ਨਾਲ ਸੋਚਣ ਅਤੇ ਸਮੱਸਿਆਵਾਂ ਦੇ ਹੱਲ ਨੂੰ ਖੋਜਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਅੱਗੇ ਸਾਡੇ ਕੋਲ ਹੈਗੀਆਂ ਨੇ ਕਰੈਕਟਰਿਸਟਿਕਸ ਆਫ ਡਿਸਕਵਰੀ ਬੇਸਡ ਲਰਨਿੰਗ। ਕਿਹੜੀਆਂ ਕਿਹੜੀਆਂ ਕਰੈਕਟਰਿਸਟਿਕਸ ਨੇ ਇਹਦੀਆਂ? ਕਰੈਕਟਰਿਸਟਿਕਸ ਮੀਨਜ਼ ਵਿਸ਼ੇਸ਼ਤਾਵਾਂ। ਸਟੂਡੈਂਟ ਸੈਂਟਰ ਆ ਨੰਬਰ ਇੱਕ 'ਤੇ ਇਹ, ਵਿਦਿਆਰਥੀ ਕੇਂਦਰਿਤ ਆ, ਕਿਉਂਕਿ ਵਿਦਿਆਰਥੀਆਂ ਨੂੰ ਸਾਹਮਣੇ ਰੱਖ ਕੇ ਹੀ ਸਾਰੀ ਸਿਖਲਾਈ ਹੈ ਜਿਹੜੀ ਦਿੱਤੀ ਜਾਂਦੀ ਅਤੇ ਉਹਨਾਂ ਦੀ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਂਦਾ ਹੈ। ਇਨਕੁਆਇਰੀ ਐਂਡ ਐਕਸਪਲੋਰੇਸ਼ਨ ਆ, ਪੁੱਛਗਿੱਛ ਅਤੇ ਖੋਜ ਹੁੰਦੀ ਹੈ ਇਹਦੇ ਵਿੱਚ। ਵਿਦਿਆਰਥੀਆਂ ਨੂੰ ਹੈਂਡ ਔਨ ਗਤੀਵਿਧੀਆਂ, ਪ੍ਰਯੋਗਾਂ, ਸਮੱਸਿਆ ਹੱਲ ਕਰਨ ਦੇ ਕਾਰਜਾਂ ਰਾਹੀਂ ਸਵਾਲ ਪੁੱਛਣ, ਜਵਾਬ ਲੱਭਣ ਦੇ ਅਤੇ ਸੰਕਲਪਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਇਹਦੇ ਵਿੱਚ। ਕ੍ਰਿਟੀਕਲ ਥਿੰਕਿੰਗ ਪੈਦਾ ਕਰਦੀ ਹੈ ਬੱਚਿਆਂ ਦੇ ਵਿੱਚ, ਆਲੋਚਨਾਤਮਕ ਸੋਚ,
ਇਸ ਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ, ਸਿੱਟੇ ਕੱਢਣ, ਸੁਤੰਤਰ ਤੌਰ 'ਤੇ ਸੰਪਰਕ ਬਣਾਉਣ ਲਈ ਚੁਣੌਤੀ ਦੇ ਕੇ ਆਲੋਚਨਾਤਮਕ ਸੋਚ ਦੇ ਹੁਨਰ ਨੂੰ ਵਿਕਸਿਤ ਕਰਨਾ ਹੈ। ਅੱਗੇ ਦੀ ਕਰੈਕਟਰਿਸਟਿਕ ਹੈਗੀ ਆ ਪ੍ਰੋਬਲਮ ਸੋਲਵਿੰਗ ਓਰੀਐਂਟੇਸ਼ਨ, ਸਮੱਸਿਆ ਹੱਲ ਕਰਨ ਦੀ ਦਿਸ਼ਾ ਦੇ ਵਿੱਚ ਅਸੀਂ ਕਹਾਂਗੇ ਫੋਕਸਿਸ ਔਨ ਡਿਵੈਲਪਿੰਗ ਪ੍ਰੋਬਲਮ ਸੋਲਵਿੰਗ ਸਕਿੱਲਸ ਐਜ ਸਟੂਡੈਂਟਸ ਐਨਕਾਊਂਟਰ ਚੈਲੰਜਿਸ ਐਂਡ ਡਿਵਾਈਸ ਸਲਿਊਸ਼ਨਸ ਥਰੂ ਦੇਅਰ ਓਨ ਐਕਸਪਲੋਰੇਸ਼ਨ, ਆਪਣੇ ਆਪ ਖੁਦ ਖੋਜ ਕਰਕੇ ਸਮੱਸਿਆ ਦਾ ਹੱਲ ਬੱਚੇ ਲੱਭਦੇ ਨੇ। ਰੀਅਲ ਵਰਲਡ ਐਪਲੀਕੇਸ਼ਨ ਐਫਸਾਈਜ਼ਿਸ ਦਾ ਐਪਲੀਕੇਸ਼ਨ ਆਫ ਨੌਲੇਜ ਟੂ ਰੀਅਲ ਵਰਲਡ ਸਿਚੁਏਸ਼ਨਸ, ਕਨੈਕਟਿੰਗ ਥਰੈਟੀਕਲ ਕਨਸੈਪਟਸ ਟੂ ਪ੍ਰੈਕਟੀਕਲ ਸਨੈਰੀਓ ਫਾਰ ਮੋਰ ਹੋਲਿਸਟਿਕ ਅੰਡਰਸਟੈਂਡਿੰਗ। ਅਸਲ ਸੰਸਾਰ ਦੀਆਂ ਸਥਿਤੀਆਂ ਨੇ ਜਿਹੜੀਆਂ ਉਸ ਨੂੰ ਉਸ ਦੇ ਉੱਤੇ ਜ਼ੋਰ ਦਿੰਦੀ ਆ, ਉਸ ਨੂੰ ਥਰੈਟੀਕਲ ਨੌਲੇਜ ਦੇ ਨਾਲ ਜੋੜਨ ਲਈ ਜਿਹੜੇ ਪ੍ਰੈਕਟੀਕਲ ਸਿਧਾਂਤਕ ਸੰਕਲਪ ਨੇ ਜਿਹੜੇ ਉਹਨਾਂ ਨੂੰ ਜ਼ਿਆਦਾ ਵਿਵਹਾਰਿਕ ਬਣਾਉਂਦੀ ਆ। ਕੰਸਟਰਕਟਿਵਿਸਟ ਅਪਰੋਚ ਅਲਾਈਨ ਵਿਦ ਦਾ ਕੰਸਟਰਕਟਿਵਿਸਟ ਥਿਊਰੀ ਆਫ ਲਰਨਿੰਗ ਇੰਫਸਾਈਜ਼ਿੰਗ ਦੈਟ ਲਰਨਰਸ ਐਕਟਿਵਲੀ ਬਿਲਡ ਦੇਅਰ ਓਨ ਅੰਡਰਸਟੈਂਡਿੰਗ ਆਫ ਦਾ ਵਰਲਡ ਥਰੂ ਐਕਸਪੀਰੀਅੰਸਿਸ, ਤਾਂ ਆਪਣੇ ਤਜਰਬਿਆਂ ਰਾਹੀਂ ਸਿੱਖਿਆਰਥੀ ਨੇ ਜਿਹੜੇ ਸੰਸਾਰ ਦੀ ਸਮਝ ਨੂੰ ਸਰਗਰਮੀ ਨਾਲ ਤਿਆਰ ਕਰਦੇ ਨੇ, ਸੰਸਾਰ ਦੀ ਸਮਝ ਉਹਨਾਂ ਨੂੰ ਆਉਂਦੀ ਆ। ਫਲੈਕਸੀਬਿਲਟੀ ਲਚਕਤਾ ਅਲੋਜ ਫਾਰ ਫਲੈਕਸੀਬਿਲਟੀ ਇਨ ਦਾ ਲਰਨਿੰਗ ਪ੍ਰੋਸੈਸ ਅਕੋਮੋਡੇਟਿੰਗ ਡਿਫਰੈਂਟ ਲਰਨਿੰਗ ਸਟਾਈਲਸ ਪੇਸਿਸ ਐਂਡ ਇੰਟਰਸਟ, ਵੱਖ ਵੱਖ ਸਿੱਖਣ ਸ਼ੈਲੀਆਂ ਰਫਤਾਰਾਂ ਅਤੇ ਰੁਚੀਆਂ ਨੂੰ ਅਨੁਕੂਲਿਤ ਕਰਦੇ ਹੋਏ ਸਿੱਖਣ ਦੀ ਪ੍ਰਕਿਰਿਆ ਵਿੱਚ ਲਚਕਤਾ ਲੈ ਕੇ ਆਉਂਦੀ ਹੈ ਇਹ ਵਿਧੀ। ਅਗਲੀ ਵਿਸ਼ੇਸ਼ਤਾ ਕੀ ਹੈ, ਐਕਟਿਵ ਪਾਰਟੀਸੀਪੇਸ਼ਨ ਹੁੰਦੀ ਹੈ, ਇਹਦੇ ਵਿੱਚ ਸਰਗਰਮ ਭਾਗੀਦਾਰੀ ਹੁੰਦੀ ਆ, ਸਿੱਖਣ ਦੇ ਮੌਕੇ ਨੇ ਜਿਹੜੇ ਦਿੱਤੇ ਜਾਂਦੇ ਨੇ, ਵਿਦਿਆਰਥੀ ਨੇ ਜਿਹੜੇ ਉਹ ਐਕਟਿਵਲੀ ਜਿਹੜਾ ਇਹ ਲਰਨ ਕਰਦੇ ਨੇ। ਕਲੈਬੋਰੇਸ਼ਨ ਐਂਡ ਕਮਿਊਨੀਕੇਸ਼ਨ, ਸਹਿਯੋਗ ਅਤੇ ਸੰਚਾਰ, ਐਨਕਰੇਜ ਕਲੈਬੋਰੇਸ਼ਨ ਐਂਡ ਕਮਿਊਨੀਕੇਸ਼ਨ ਅਮੰਗ ਸਟੂਡੈਂਟਸ ਐਜ ਦੇ ਸ਼ੇਅਰ ਆਈਡੀਆਜ਼, ਡਿਸਕਸ ਫਾਈਂਡਿੰਗਸ ਐਂਡ ਲਰਨ ਮੋਰ ਫਰੋਮ ਈਚ ਅਦਰ। ਪਰਸਨਲਾਈਜੇਸ਼ਨ ਵਿਅਕਤੀਗਤਕਰਨ, ਇਸ ਜਿਹੜੀ ਵਿਧੀ ਆ ਇਹਦੇ ਵਿੱਚ ਕੀ ਹੁੰਦਾ, ਵਿਦਿਆਰਥੀਆਂ ਨੂੰ ਉਹਨਾਂ ਦੀਆਂ ਰੁਚੀਆਂ ਅਤੇ ਕਾਬਲੀਅਤਾਂ ਦੇ ਆਧਾਰ 'ਤੇ ਉਹਨਾਂ ਦੇ ਸਿੱਖਣ ਦੇ ਤਜਰਬੇ ਨੂੰ ਵਿਅਕਤੀਗਤ ਬਣਾਉਂਦੀ ਆ ਅਤੇ ਵਿਅਕਤੀਗਤ ਅੰਤਰਾਂ ਨੂੰ ਪਛਾਣ ਕੇ ਉਹਨਾਂ ਦੇ ਅਨੁਕੂਲ ਬਣਾਉਂਦੀ ਹੈ। ਇਹ ਸੀਗੀਆਂ ਕਰੈਕਟਰਿਸਟਿਕਸ। ਅੱਗੇ ਅਸੀਂ ਕਰਾਂਗੇ ਪਰਪਜ਼ ਇਸ ਦੇ। ਫੋਸਟਰਿੰਗ ਕਰਿਓਸਟੀ, ਉਦੇਸ਼ ਕੀ ਆ, ਉਤਸੁਕਤਾ ਨੂੰ ਵਧਾਉਣਾ। ਇਸ ਵਿਧੀ ਦਾ ਉਦੇਸ਼ ਕੀ ਆ, ਉਤਸੁਕਤਾ ਨੂੰ ਵਧਾਉਣਾ। ਵਿਸ਼ਿਆਂ ਦੀ ਪੜਚੋਲ ਕਰਨ ਦੀ ਇਜਾਜ਼ਤ ਦੇ ਕੇ ਕੁਦਰਤੀ ਉਤਸੁਕਤਾ ਨੂੰ ਵਧਾਇਆ ਜਾਂਦਾ ਹੈ। ਡਿਵੈਲਪਿੰਗ ਕ੍ਰਿਟੀਕਲ ਥਿੰਕਿੰਗ ਸਕਿੱਲਸ, ਆਲੋਚਨਾਤਮਕ ਸੋਚ ਅਤੇ ਹੁਨਰਾਂ ਦਾ ਵਿਕਾਸ ਕਰਦੀ ਹੈ ਇਹ ਵਿਧੀ। ਐਨਕਰੇਜਿੰਗ ਐਕਟਿਵ ਲਰਨਿੰਗ, ਸਰਗਰਮ ਸਿਖਲਾਈ ਨੂੰ ਉਤਸਾਹਿਤ ਕਰਦੀ ਹੈ, ਸਰਗਰਮ ਰੁਝੇਵਿਆਂ ਨੂੰ ਉਤਸਾਹਿਤ ਕਰਦੀ ਹੈ। ਬਿਲਡਿੰਗ ਪ੍ਰੋਬਲਮ ਸੋਲਵਿੰਗ ਕੰਪੀਟੈਂਸੀ, ਸਮੱਸਿਆ ਹੱਲ ਕਰਨ ਦੀ ਯੋਗਤਾ ਪੈਦਾ ਕਰਦੀ ਹੈ ਇਹ ਵਿਧੀ, ਕਿਉਂਕਿ ਇਸ ਤਰ੍ਹਾਂ ਦੇ ਟਾਸਕ ਦਿੱਤੇ ਜਾਂਦੇ ਨੇ ਵਿਦਿਆਰਥੀਆਂ ਦੇ ਸਾਹਮਣੇ, ਚੁਣੌਤੀਆਂ ਰੱਖੀਆਂ ਜਾਂਦੀਆਂ ਨੇ ਕਿ ਸਮੱਸਿਆ ਦਾ ਹੱਲ ਉਹ ਆਪ ਖੋਜਣ, ਕਿਸ ਢੰਗ ਨਾਲ ਖੋਜਦੇ ਨੇ। ਫੈਸਿਲਿਟੇਟਿੰਗ ਡੀਪ ਅੰਡਰਸਟੈਂਡਿੰਗ, ਡੂੰਘੀ ਸਮਝ ਦੀ ਸਹੂਲਤ ਦਿੰਦੀ ਆ, ਆਪਣੇ ਅਨੁਭਵਾਂ ਰਾਹੀਂ ਜਾਣਕਾਰੀ ਨੂੰ ਖੋਜਣ ਅਤੇ ਅੰਦਰੂਨੀ ਬਣਾਉਣ ਦੀ ਇਜਾਜ਼ਤ ਦੇ ਕੇ ਵਿਦਿਆਰਥੀਆਂ ਦੇ ਸੰਕਲਪਾਂ ਦੀ ਡੂੰਘੀ ਸਮਝ ਅਤੇ ਵਿਕਾਸ ਦਾ ਸਮਰਥਨ ਕਰਦੀ ਹੈ। ਪ੍ਰਮੋਟਿੰਗ ਇੰਟਰਿੰਸਿਕ ਮੋਟੀਵੇਸ਼ਨ, ਅੰਦਰੂਨੀ ਪ੍ਰੇਰਣਾ ਨੂੰ ਉਤਸਾਹਿਤ ਕਰਦੀ ਹੈ।
ਕਿਉਂਕਿ ਆਪਣੇ ਆਪ ਸਿੱਖਣ ਦੀ ਮਲਕੀਅਤ ਲੈਂਦੇ ਨੇ ਵਿਦਿਆਰਥੀ, ਜਿਹਦੇ ਨਾਲ ਸਥਾਈ ਅਤੇ ਸਵੈ ਸੰਚਾਲਿਤ ਵਿੱਦਿਅਕ ਅਨੁਭਵ ਪ੍ਰਾਪਤ ਹੁੰਦਾ ਹੈ। ਕਨੈਕਟਿੰਗ ਥਿਊਰੀ ਟੂ ਪ੍ਰੈਕਟਿਸ ਸਿਧਾਂਤ ਨੂੰ ਅਭਿਆਸ ਨਾਲ ਜੋੜਦੀ ਆ। ਜਿਹੜੀਆਂ ਚੀਜ਼ਾਂ ਉਹ ਸਿਧਾਂਤਕ ਰੂਪ 'ਚ ਸਿੱਖਦੇ ਨੇ ਉਹਨੂੰ ਅਸਲ ਜੀਵਨ ਦੀਆਂ ਸਥਿਤੀਆਂ ਨਾਲ ਜੋੜ ਕੇ ਵੀ ਸਿੱਖਦੇ ਨੇ। ਪ੍ਰੈਪਰੇਸ਼ਨ ਫਾਰ ਲਾਈਫ ਲੌਂਗ ਲਰਨਿੰਗ, ਜੀਵਨ ਭਰ ਸਿੱਖਣ ਦੀ ਤਿਆਰੀ ਆ ਜਿਹੜੀ ਉਹ ਇਸ ਨਾਲ ਆਉਂਦੀ ਆ। ਸਾਰੀ ਜ਼ਿੰਦਗੀ ਬੱਚੇ ਸਿੱਖਦੇ ਰਹਿੰਦੇ ਨੇ। ਐਨਹਾਂਸਿੰਗ ਰਿਟੈਂਸ਼ਨ ਧਾਰਨਾ ਨੂੰ ਵਧਾਉਂਦੀ ਆ, ਅਤੇ ਜਿਹੜੀ ਅੰਦਰੂਨੀ ਮੋਟੀਵੇਸ਼ਨ ਮਿਲਦੀ ਆ ਉਹਦੇ ਨਾਲ ਅਸੀਂ ਆਪਣੇ ਕੰਸੈਪਟ ਆਪ ਬਣਾਉਂਦੇ ਹਾਂ, ਬੱਚੇ ਆਪਣੇ ਕੰਸੈਪਟ ਆਪ ਬਣਾਉਂਦੇ ਨੇ। ਕਲਟੀਵੇਟਿੰਗ ਲਾਈਫ ਲੌਂਗ ਲਰਨਰਸ, ਜੀਵਨ ਭਰ ਸਿੱਖਣ ਵਾਲਿਆਂ ਦੀ ਪੈਦਾਵਾਰ ਵਧਾਉਂਦੀ ਆ, ਮੀਨਜ਼ ਜੀਵਨ ਭਰ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੀ ਆ। ਅੱਗੇ ਦੀਆਂ ਮੈਰਿਟਸ ਡੀਮੈਰਿਟਸ ਨੇ, ਮੈਰਿਟਸ ਨੇ ਜਿਹੜੀਆਂ ਇਹਦੀਆਂ, ਪ੍ਰਮੋਟ ਕ੍ਰਿਟੀਕਲ ਥਿੰਕਿੰਗ, ਕ੍ਰਿਟੀਕਲ ਥਿੰਕਿੰਗ ਪੈਦਾ ਕਰਦੀ ਆ। ਇਹਦੇ ਨਾਲ ਐਕਸਪਲੇਨੇਸ਼ਨ ਦਿੱਤੀ ਹੋਈ ਆ, ਬਹੁਤ ਸੌਖਾ ਜਿਹੜਾ ਕੁਐਸਚਨ ਆ ਇਹ ਤੁਸੀਂ ਕਰ ਸਕਦੇ ਹੋ। ਤਕਰੀਬਨ ਬਹੁਤ ਚੀਜ਼ਾਂ ਨੇ ਜਿਹੜੀਆਂ ਸਿਮਿਲੈਰਿਟੀਜ਼ ਹੈਗੀਆਂ ਨੇ। ਇਨਕਰੀਜ਼ਿੰਗ ਮੋਟੀਵੇਸ਼ਨ, ਮੋਟੀਵੇਸ਼ਨ ਵਧਾਉਂਦੀ ਆ, ਪ੍ਰੇਰਣਾ ਵਧਾਉਂਦੀ ਆ, ਕਿਉਂਕਿ ਵਿਦਿਆਰਥੀ ਨੇ ਜਿਹੜੇ ਉਹ ਆਪਣੇ ਆਪ ਕੰਮ ਕਰਦੇ ਨੇ। ਐਨਹਾਂਸ ਰਿਟੈਂਸ਼ਨ ਧਾਰਨਾ ਨੂੰ ਵਧਾਉਂਦੀ ਆ। ਡਿਵੈਲਪ ਪ੍ਰੋਬਲਮ ਸੋਲਵਿੰਗ ਸਕਿੱਲਸ, ਜਿਹੜੀਆਂ ਇਹਦੀਆਂ ਕਰੈਕਟਰਿਸਟਿਕਸ ਨੇ, ਤਕਰੀਬਨ ਇਹਦੀਆਂ ਮੈਰਿਟਸ ਵੀ ਨੇ। ਐਨਕਰੇਜਿਸ ਕ੍ਰੀਏਟਿਵਿਟੀ, ਕ੍ਰੀਏਟਿਵਿਟੀ ਨੂੰ ਉਤਸਾਹ ਮਿਲਦਾ ਹੈ। ਫੈਸਿਲਿਟੇਟਸ ਐਕਟਿਵ ਅੰਗੇਜਮੈਂਟ, ਸਰਗਰਮ ਸ਼ਮੂਲੀਅਤ ਦੀ ਸਹੂਲਤ ਹੁੰਦੀ ਹੈ ਇਹਦੇ ਵਿੱਚ। ਟੇਲਰਸ ਲਰਨਿੰਗ ਟੂ ਇੰਡੀਵਿਜੁਅਲ ਪੇਸ, ਵਿਅਕਤੀਗਤ ਰਫ਼ਤਾਰ ਨੂੰ ਅਨੁਕੂਲਿਤ ਕਰਦੀ ਹੈ। ਪ੍ਰੀਪੇਅਰਸ ਫਾਰ ਲਾਈਫ ਲੌਂਗ ਲਰਨਿੰਗ, ਜੀਵਨ ਭਰ ਸਿੱਖਣ ਨੂੰ ਤਿਆਰ ਕਰਦੀ ਹੈ ਬੱਚਿਆਂ ਨੂੰ, ਇਹ ਹੁਨਰ ਵਿਕਸਿਤ ਕਰਦੀ ਹੈ ਉਹਨਾਂ ਦੇ ਵਿੱਚ। ਇਹਦੀਆਂ ਡੀਮੈਰਿਟਸ ਨੇ ਕੁਛ, ਕਿਉਂਕਿ ਹਰੇਕ ਚੀਜ਼ ਪਰਫੈਕਟ ਨਹੀਂ ਹੁੰਦੀ ਤਾਂ ਇਹ ਮੈਥਡ ਵੀ ਕੁਛ ਆਪਣੇ 'ਚ ਖਾਮੀਆਂ ਰੱਖਦਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲੀ ਹੈਗੀ ਟਾਈਮ ਕੰਜ਼ਿਊਮਿੰਗ, ਟਾਈਮ ਕੰਜ਼ਿਊਮ ਕਰਨ ਵਾਲੀ ਆ, ਸਮਾਂ ਲੈਣ ਵਾਲੀ ਆ, ਸਮਾਂ ਬਰਬਾਦ ਹੁੰਦਾ ਹੈ। ਸੀਮਿਤ ਸਮੇਂ ਦੇ ਵਿੱਚ ਵਿਆਪਕ ਪਾਠਕ੍ਰਮ ਨੂੰ ਕਵਰ ਕਰਨਾ ਚੁਣੌਤੀਪੂਰਨ ਹੁੰਦਾ ਹੈ। ਅਨਈਵਨ ਅੰਡਰਸਟੈਂਡਿੰਗ, ਅਸਮਾਨ ਸਮਝ, ਕਿਉਂਕਿ ਜਿਹੜੀ ਬੱਚਿਆਂ ਦੇ ਲੈਵਲ ਨੇ, ਨੌਲੇਜ ਆ ਉਹਨਾਂ ਦੀ ਅਲੱਗ ਅਲੱਗ ਹੋ ਸਕਦੀ ਹੈ, ਇੰਡੀਵਿਜੁਅਲ ਡਿਫਰੈਂਸਿਸ ਕਰਕੇ ਇਹ ਸਾਰੇ ਸੰਕਲਪਾਂ ਦੀ ਅਸਮਾਨ ਸਮਝ ਹੁੰਦੀ ਆ। ਕਿਸੇ ਨੂੰ ਥੋੜ੍ਹੀ ਸਮਝ ਹੁੰਦੀ ਹੈ, ਕਿਸੇ ਨੂੰ ਜ਼ਿਆਦਾ ਸਮਝ ਹੁੰਦੀ ਹੈ, ਇਸ ਲਈ ਸਹੀ ਮਾਰਗ ਦਰਸ਼ਨ ਜਿਹੜਾ ਹੈ ਉਹ ਨਹੀਂ ਕੀਤਾ ਜਾ ਸਕਦਾ। ਲੈਕ ਆਫ ਸਟਰਕਚਰ, ਢਾਂਚੇ ਦੀ ਘਾਟ ਹੁੰਦੀ ਹੈ ਇਸ ਦੇ ਵਿੱਚ, ਕਿੱਥੋਂ ਸ਼ੁਰੂ ਕਰਨਾ, ਕਿਵੇਂ ਸ਼ੁਰੂ ਕਰਨਾ ਇਹ ਨਹੀਂ ਸਮਝ ਲੱਗਦੀ। ਪੋਟੈਂਸ਼ੀਅਲ ਮਿਸਕਨਸੈਪਸ਼ਨਸ, ਸੰਭਾਵੀ ਗਲਤ ਧਾਰਨਾਵਾਂ ਹੁੰਦੀਆਂ ਨੇ। ਖੋਜ ਪ੍ਰਕਿਰਿਆ ਦੌਰਾਨ ਸਹੀ ਮਾਰਗ ਦਰਸ਼ਨ ਤੋਂ ਬਿਨਾਂ ਜਾਣਕਾਰੀ ਗਲਤ ਵੀ ਹੋ ਸਕਦੀ ਹੈ ਬੱਚਿਆਂ ਦੀ। ਰਿਸੋਰਸ ਇੰਟੈਂਸਿਵ, ਸੰਸਾਧਨ ਤੀਬਰ, ਇਸ ਤਰ੍ਹਾਂ ਦੀ ਖੋਜ ਆ ਜਿਹੜੀ ਉਸ ਲਈ ਉਚਿਤ ਸਰੋਤ ਸਮੱਗਰੀਆਂ ਟੈਕਨੋਲੋਜੀ ਤੱਕ ਦੀ ਲੋੜ ਹੁੰਦੀ ਹੈ, ਜਿਹੜੀ ਕਿ ਆਸਾਨੀ ਨਾਲ ਨਹੀਂ ਮਿਲਦੀ। ਡਿਪੈਂਡੈਂਟ ਔਨ ਸਟੂਡੈਂਟ ਇਨੀਸ਼ੀਏਟਿਵ, ਵਿਦਿਆਰਥੀਆਂ ਦੀਆਂ ਪਹਿਲਕਦਮੀਆਂ 'ਤੇ ਨਿਰਭਰ ਕਰਦੀ ਆ, ਤਾਂ ਉਹਨਾਂ ਨੂੰ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਆ, ਉਹਨਾਂ ਦੇ ਜਿਹੜੇ ਪ੍ਰੇਰਣਾ ਪੱਧਰ ਦੇ ਉੱਤੇ ਇਹ ਨਿਰਭਰ ਕਰਦੀ ਆ। ਅਸੈਸਮੈਂਟ ਚੈਲੇਂਜਿਸ, ਇਸ ਦੇ ਮੁਲਾਂਕਣ ਸੰਬੰਧੀ ਚੁਣੌਤੀਆਂ ਆਉਂਦੀਆਂ ਨੇ, ਕਿਸ ਤਰ੍ਹਾਂ ਮੁਲਾਂਕਣ ਹੋ ਸਕਦਾ ਹੈ। ਅੱਗੇ ਟੀਚਰ ਸਕਿੱਲ ਰਿਕੁਆਇਰਮੈਂਟ, ਅਧਿਆਪਕ ਹੁਨਰਾਂ ਦੀ ਜ਼ਰੂਰਤ ਪੈਂਦੀ ਹੈ ਇਹਦੇ ਵਿੱਚ। ਹੁਨਰਮੰਦ ਅਧਿਆਪਕ ਨੇ ਜਿਹੜੇ ਉਹ ਹੀ ਇਸ ਜਿਹੜੀ ਡਿਸਕਵਰੀ ਬੇਸਡ ਲਰਨਿੰਗ ਆ ਉਸ ਨੂੰ ਸਹੀ ਢੰਗ ਨਾਲ ਸੰਤੁਲਿਤ ਰੱਖ ਸਕਦੇ ਨੇ। ਸਟ੍ਰੈਟਜੀ ਕੀ ਨੇ ਇਫੈਕਟਿਵ ਇੰਪਲੀਮੈਂਟੇਸ਼ਨ ਕਰਨ ਦੀਆਂ, ਕਿਉਂਕਿ ਵਧੀਆ ਪਹੁੰਚ ਹੈ,
ਇਹਦੇ ਵਿੱਚ ਕਮੀਆਂ ਵੀ ਨੇ ਔਰ ਇਸ ਦਾ ਵਧੀਆ ਗੱਲਾਂ ਵੀ ਨੇ, ਤਾਂ ਅਸੀਂ ਕਿਵੇਂ ਇਸ ਨੂੰ ਸਹੀ ਢੰਗ ਨਾਲ ਚਲਾ ਸਕਦੇ ਹਾਂ। ਨੰਬਰ 1 ਤੇ ਪ੍ਰੋਵਾਈਡ ਕਲੀਅਰ ਗਾਈਡਲਾਈਨਸ, ਸਹੀ ਤੇ ਸਪਸ਼ਟ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨੇ, ਬੈਲੈਂਸਡ ਗਾਈਡੈਂਸ, ਸੰਤੁਲਿਤ ਮਾਰਗਦਰਸ਼ਨ ਕਰਨਾ ਤਾਂ ਕਿ ਰਸਤੇ ਤੋਂ ਭਟਕ ਨਾ ਜਾਣ ਬੱਚੇ, ਪੀਅਰ ਕੋਲੈਬੋਰੇਸ਼ਨ, ਪੀਅਰ ਸਹਿਯੋਗ ਦੀ ਭਾਵਨਾ ਪੈਦਾ ਕਰਨੀ, ਉਹਨਾਂ 'ਚ ਉਤਸ਼ਾਹਿਤ ਕਰਨਾ ਉਹਨਾਂ ਨੂੰ ਕਿ ਗਰੁੱਪ ਟੀਮ ਵਰਕ ਦੇ ਨਾਲ ਉਹ ਕੰਮ ਕਰਨ, ਰਿਫਲੈਕਸ਼ਨ ਓਪਰਚੁਨਿਟੀਜ਼, ਜਿਹੜੀਆਂ ਵੀ ਉਹਨਾਂ ਨੂੰ ਓਪਰਚੁਨਿਟੀਜ਼ ਦਿੱਤੀਆਂ ਨੇ, ਮੌਕੇ ਦਿੱਤੇ ਨੇ, ਉਹਨਾਂ ਦਾ ਪ੍ਰਤੀਬਿੰਬਿਤ ਕਰਨਾ ਉਹਨਾਂ ਨੂੰ, ਗ੍ਰੈਜੂਅਲ ਰਿਲੀਜ਼ ਆਫ ਰਿਸਪੋਂਸੀਬਿਲਟੀ, ਜ਼ਿੰਮੇਵਾਰੀ ਉਹਨੂੰ ਹੌਲੀ ਹੌਲੀ ਘੱਟ ਕਰਨਾ, ਫੀਡਬੈਕ ਲੂਪ। ਇਸ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਡਿਸਕਵਰੀ ਬੇਸਡ ਲਰਨਿੰਗ ਆ, ਇਹਦੇ ਬਹੁਤ ਸਾਰੇ ਚੈਲੰਜਿਸ ਨੇ। ਜਦੋਂ ਇਹਨੂੰ ਸਹੀ ਢੰਗ ਨਾਲ ਇਫੈਕਟਿਵਲੀ ਇੰਪਲੀਮੈਂਟ ਕੀਤਾ ਜਾਵੇ ਤਾਂ ਇਟ ਕੈਨ ਬੀ ਅ ਪਾਵਰਫੁਲ ਮੈਥਡ ਫਾਰ ਫਾਸਟਰਿੰਗ ਇੰਡੀਪੈਂਡੈਂਟ ਥਿੰਕਿੰਗ, ਪ੍ਰੋਬਲਮ ਸੋਲਵਿੰਗ ਸਕਿੱਲਸ ਐਂਡ ਅ ਲਵ ਫਾਰ ਲਰਨਿੰਗ। ਦਾ ਕੀ ਇਜ਼ ਟੂ ਫਾਈਂਡ ਬੈਲੈਂਸ ਦੈਟ ਅਲਾਈਨ ਵਿਦ ਦਾ ਗੋਲ ਆਫ ਦਾ ਕਰੀਕੁਲਮ ਐਂਡ ਨੀਡਸ ਆਫ ਦਾ ਸਟੂਡੈਂਟਸ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਡਿਟੇਲਡ ਟੋਪਿਕ ਕੀਤਾ ਹੈ ਡਿਸਕਵਰੀ ਮੈਥਡ। ਮੈਨੂੰ ਉਮੀਦ ਆ ਕਿ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਵਾਲਿਆਂ ਨੂੰ ਮੇਰੇ ਐਫਰਟਸ ਨੇ ਜਿਹੜੇ ਉਹ ਸਹੀ ਲੱਗਣਗੇ ਅਤੇ ਆਪਣੀ ਉਹਨਾਂ ਦੀ ਤਿਆਰੀ ਹੈ ਜਿਹੜੀ ਉਹ ਸਹੀ ਹੋਊਗੀ। ਜੇ ਤੁਹਾਨੂੰ ਲੱਗਦਾ ਕਿ ਮੈਂ ਮਿਹਨਤ ਕੀਤੀ ਹੈ ਤਾਂ ਤੁਹਾਨੂੰ ਲਾਈਕ ਤੁਸੀਂ ਕਰਿਆ ਕਰੋ, ਵੀਡੀਓ ਨੂੰ ਕਮੈਂਟ ਕਰ ਦਿਆ ਕਰੋ ਹੱਲਾਸ਼ੇਰੀ ਦੇਣ ਲਈ। ਮਿਲਦੇ ਹਾਂ ਫਿਰ ਨੈਕਸਟ ਟੋਪਿਕ ਦੇ ਨਾਲ। ਓਕੇ, ਥੈਂਕਸ।